ਕਹਿੰਦਾ ਮੈਂ ਚੱਲਦਾ ਪਿਆ ਹਨੇਰੇ ਦੇ ਹਨੇਰੇ, ਜੋ ਕੁਛ ਕਰਦਾ ਪਿਆ ਇਹਦੀ ਮੈਨੂੰ ਸਮਝ ਕੋਈ ਨਹੀਂ, ਤੇ ਜਿਹਦੇ ਵਾਸਤੇ ਕਰਦਾ ਪਿਆ ਉਹਦੀ ਵੀ ਸਮਝ ਕੋਈ ਨਹੀਂ, ਨਾ ਖੁਦਾ ਦਾ ਪਤਾ ਨਾ ਖੁਦਾ ਦੇ ਰਸਤੇ ਦਾ ਪਤਾ। ਬਹੁਤ ਵੱਡੀ ਗੱਲ ਹੈ। ਮੈਂ ਅਰਜ਼ ਕਰਾਂ ਕਿ ਈਰਾਨ ਦਾ ਸਭ ਤੋਂ ਵੱਡਾ ਫਕੀਰ ਹੈ, ਇਹਨੂੰ ਆਲਮ ਫਾਜ਼ਲ ਮੰਨਦੇ ਨੇ, ਜਿਸੇ ਸਿੱਖ ਜਗਤ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਵੇਦ ਵਿਆਸ ਕਰਕੇ ਮੰਨੇ ਜਾਂਦੇ ਨੇ, ਮਹਾਨ ਵਿਦਵਾਨ ਅਤੇ ਦਾਰਸ਼ਨਿਕ ਮੰਨੇ ਜਾਂਦੇ ਨੇ ਇਸਲਾਮੀ ਜਗਤ ਵਿੱਚ। ਈਰਾਨ ਵਿੱਚ ਹਾਫਿਜ਼ ਮਹਾਨ ਆਲਮ ਫਾਜ਼ਲ ਮੰਨਿਆ ਜਾਂਦਾ। ਔਰ ਗਜ਼ਬ ਦੀ ਗੱਲ ਮੈਂ ਦੇਖੀ, ਉਹਦੀ ਕਬਰ ਸੋਨੇ ਦੀ ਬਣਾਈ, ਉਹਦਾ ਮਕਬਰਾ ਕੱਚ ਦਾ ਬਣਾਇਆ ਹੈ, ਕੱਚ ਨੂੰ ਢਾਲ ਕੇ ਬਣਾਇਆ। ਸ਼ਿਰਾਜ ਵਿੱਚ ਕਹਿੰਦਾ ਸ਼ਬੇ ਤਾਰੀਖ, ਨਾ ਮੈਨੂੰ ਖੁਦਾ ਦਾ ਪਤਾ ਹੈ ਨਾ ਖੁਦਾ ਦੇ ਰਸਤੇ ਦਾ ਪਤਾ ਹੈ, ਫਿਰ ਵੀ ਚੱਲ ਪਿਆ ਅੰਧੇਰਾ ਅੰਧੇਰੇ ਚੱਲ ਪਿਆ, ਰਸਤਾ ਦਿਖਾਏ ਵੀ ਨਾ ਦੇਵੇ ਤੇ ਚੱਲ, ਨਮਾਜ਼ ਕਿਉਂ ਪੜ੍ਹਨੀ ਹੈ ਕੁਛ ਵੀ ਨਹੀਂ ਪਤਾ, ਅੱਲਾ ਹੋ ਕਿਉਂ ਕਰਨਾ ਹੈ ਕੁਛ ਵੀ ਨਹੀਂ ਪਤਾ, ਅੱਲਾ ਦਾ ਵੀ ਨਹੀਂ ਪਤਾ। ਸ਼ਬੇ ਤਾਰੀਖ ਬੀ ਮੈਂ ਮੌਜ ਗਰਦਾ ਵੇਚ ਨਹੀਂ ਆਇਲ, ਤੇ ਮੈਂ ਰਸਤੇ ਵਿੱਚ ਦਰਿਆ ਵਿੱਚ ਘੁੰਮਣ ਘੇਰੀ 'ਚ ਵੀ ਫਸ ਗਿਆ ਅੰਧੇਰੇ। ਗਰਦਾਬ, ਜਿੱਥੇ ਆਪ ਗਰਦਿਸ਼ ਕਰੇ ਉਹਨੂੰ ਕਹਿੰਦੇ ਨੇ ਗਰਦਾਬ, ਜਿੱਥੇ ਪਾਣੀ ਘੁੰਮਣ ਲੱਗ ਪਵੇ ਉਹਨੂੰ ਫਾਰਸੀ 'ਚ ਕਹਿੰਦੇ ਨੇ ਗਰਦਾਬ, ਅਸੀਂ ਘੁੰਮਣ ਘੇਰੀ ਕਹਿੰਦੇ ਹਾਂ। ਸ਼ਬੇ ਤਾਰੀਖ ਬੀਮੇ ਮੌਜ ਗਰਦਾ ਵੇਚ ਨਹੀਂ ਆਏ, ਮੈਂ ਤੇ ਗਰਦਿਸ਼ ਵਿੱਚ ਫਸ ਗਿਆ, ਘੁੰਮਣ ਘੇਰੀ 'ਚ ਫਸ ਗਿਆ। ਘੁੰਮਣ ਘੇਰੀ ਮੋਹ ਦੀ ਹੈ, ਘੁੰਮਣ ਘੇਰੀ ਲੋਭ ਦੀ ਹੈ, ਬੰਦਾ ਫਸ ਜਾਏ ਨਿਕਲਦਾ ਹੀ ਨਹੀਂ, ਕਿੱਥੇ ਨਿਕਲਦਾ, ਜਨਮ ਤੋਂ ਲੈ ਕੇ ਮਰਨ ਤੱਕ ਫਸਿਆ ਹੀ ਰਹਿੰਦਾ ਹੈ। ਪਤਾ ਹੈ ਘੁੰਮਣ ਘੇਰੀ 'ਚ ਜੀਵਦਾ ਜਾਗਦਾ ਜਦ ਮਨੁੱਖ ਫਸ ਜਾਏ ਅਤੇ ਜਦ ਮਰ ਜਾਂਦਾ ਲਾਸ਼ ਬਾਹਰ ਆ ਜਾਂਦੀ ਹੈ, ਲਾਸ਼ ਘੁੰਮਣ ਘੇਰੀ 'ਚ ਨਹੀਂ ਆਉਂਦੀ, ਘੁੰਮਣ ਘੇਰੀ ਮੁਰਦੇ ਨੂੰ ਬਾਹਰ ਕੱਢ ਦਿੰਦੀ ਹੈ। ਇਸ ਦਾ ਮੈਨੂੰ ਇਸ ਵਾਸਤੇ ਗਿਆਨ ਹੈ ਕਿ ਦਾਸ ਪਿੱਛੇ ਜਿਸ ਇਲਾਕੇ ਦਾ ਰਹਿਣ ਵਾਲਾ ਹੈ, ਸ਼ਹਿਰ ਦੇ ਕੋਲੋਂ ਹੀ ਦਰਿਆ ਵਗਦਾ ਸੀ, ਦਰਿਆ ਟੋਚੀ ਗੰਭੀਲਾ ਕਰਕੇ ਅੱਗੇ ਚੱਲ ਕੇ ਉਹ ਸਿੰਧ ਦੇ 'ਚ ਮਿਲ ਜਾਂਦਾ ਸੀ, ਅਤੇ ਦਰਿਆਵਾਂ ਦੇ ਕੰਢੇ 'ਤੇ ਰਹਿਣ ਵਾਲੇ ਤੈਰਨਾ ਸਿੱਖ ਜਾਂਦੇ, ਉੱਥੇ ਹੀ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਅਤੇ ਤੈਰਨਾ ਆ ਗਿਆ ਸੀ। ਸਾਨੂੰ ਸਮਝਾਇਆ ਗਿਆ ਸੀ ਜਿੱਥੇ ਜ ਪਾਣੀ ਘੁੰਮ ਰਿਹਾ ਹੋਵੇ ਭੁੱਲ ਕੇ ਨਾ ਜਾਇਆ, ਫਿਰ ਜਦੋਂ ਸਵਾਸ ਨਿਕਲਣਗੇ ਤਾਂ ਘੁੰਮਣ ਗੇਰੀ 'ਚੋਂ ਨਿਕਲੋਗੇ, ਉਸ ਤੋਂ ਪਹਿਲੇ ਨਹੀਂ। ਘੁੰਮਣ ਗੇਰੀ ਕਾਲ ਦਾ ਰੂਪ ਸੀ, ਘੁੰਮਣ ਗੇਰੀ ਮੌਤ ਦਾ ਰੂਪ ਸੀ। ਹਰ ਬੰਦਾ ਦੇਖ ਲੈਂਦਾ ਸੀ ਜਿੱਥੇ ਘੁੰਮਣ ਗੇਰੀ ਉੱਥੇ ਨਾਣਾ ਹੀ ਨਹੀਂ, ਉੱਥੇ ਜਾਣਾ ਹੀ ਨਹੀਂ। ਉਸ ਦਰਿਆ ਵਿੱਚ 5-6-7 ਫੁੱਟ ਪਾਣੀ ਰਹਿੰਦਾ ਸੀ, ਜ਼ਿਆਦਾ ਨਹੀਂ, ਕਿਨਾਰੇ 'ਤੇ 3-4 ਫੁੱਟ ਆਉਂਦਾ। ਫਿਰ ਵੀ ਬਰਖਾ ਦੇ ਦਿਨਾਂ 'ਚ ਘੁੰਮਣ ਘੇਰੀਆਂ ਬਣਦੀਆਂ ਸੀ। ਇਹ ਖਾਸ ਸਿੱਖਿਆ ਦਿੱਤੀ ਜਾਂਦੀ ਸੀ, ਕੋਈ ਵੀ ਉਧਰ ਨਾ ਜਾਵੇ ਜਿੱਧਰ ਪਾਣੀ ਘੁੰਮ ਰਿਹਾ, ਅਗਰ ਫਸ ਗਿਆ ਨਿਕਲ ਨਹੀਂ ਸਕੇਗਾ, ਉਦੋਂ ਨਿਕਲੇਗਾ ਜਦ ਮੁਰਦਾ, ਸਵਾਸ ਨਿਕਲ ਜਾਣਗੇ ਤਾਂ ਸਰੀਰ ਨਿਕਲੇਗਾ। ਹੈਰਾਨਗੀ ਦੀ ਗੱਲ, ਇਸ ਘੁੰਮਣ ਘੇਰੀ ਨੂੰ
ਜੀਵਦੇ ਜਾਗਦੇ ਮਨੁੱਖ ਨਾਲ ਵੈਰ, ਮੁਰਦੇ ਨਾਲ ਵੈਰ ਨਹੀਂ, ਮੁਰਦੇ ਤੈਰਦੇ ਨੇ, ਜ਼ਿੰਦਾ ਡੁੱਬਦੇ ਨੇ। ਜ਼ਿੰਦਾ ਮਨੁੱਖ ਜਿਹੜਾ ਡੁੱਬ ਜਾਂਦਾ ਹੈ, ਇਹ ਕਰਕੇ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਤਵਾਜ਼ਨ ਦੇ ਖੋਹਦਿਆਂ ਡੁੱਬ ਜਾਂਦਾ ਹੈ। ਸੰਸਾਰ ਵੀ ਨਹੀਂ ਡੋਬਦਾ, ਪਰਿਵਾਰ ਵੀ ਨਹੀਂ ਡੋਬਦਾ, ਰਾਜਨੀਤੀ ਵੀ ਨਹੀਂ ਡੋਬਦੀ, ਧਨ ਸੰਪਦਾ ਵੀ ਨਹੀਂ ਡੋਬਦੀ, ਮਨੁੱਖ ਆਪਣਾ ਤਵਾਜ਼ਨ ਖੋ ਬੈਠਦਾ ਹੈ। ਇਤਨਾ ਲੋਭੀ ਹੋ ਜਾਂਦਾ ਹੈ, ਬੈਲੈਂਸ ਵਿਗੜ ਜਾਂਦਾ ਹੈ। ਇਤਨਾ ਹੰਕਾਰੀ ਹੋ ਜਾਂਦਾ ਹੈ, ਬੈਲੈਂਸ ਵਿਗੜ ਜਾਂਦਾ ਹੈ। ਇਤਨਾ ਕਾਮੀ ਹੋ ਜਾਂਦਾ ਹੈ, ਬੈਲੈਂਸ ਵਿਗੜ ਜਾਂਦਾ, ਡੁੱਬ ਜਾਂਦਾ, ਗਰਕ ਹੋ ਜਾਂਦਾ। ਹਾਫਿਜ਼ ਕਹਿੰਦਾ, ਮੈਂ ਘੁੰਮਣ ਘੇਰੀ ਚ ਵੀ ਫਸ ਗਿਆ, ਸ਼ਬੇ ਤਾਰੀਖ ਬੀਮੇ ਮੌਜ। ਮੌਜ ਕਹਿੰਦੇ ਨੇ ਲਹਿਰਾਂ ਨੂੰ, ਬੜੀਆਂ ਉੱਚੀਆਂ ਉੱਚੀਆਂ ਲਹਿਰਾਂ। ਲੋਭ ਲਹਿਰ ਅਤ ਨੀਝਰ ਬਾਜੇ, ਕਾਇਆ ਡੂਬੇ ਕੇਸਵਾ। ਭਗਤ ਨਾਮ ਹੈ, ਲਹਿਰ ਨੂੰ ਫਾਰਸੀ ਵਿੱਚ ਮੌਜ ਕਹਿੰਦੇ ਨੇ। ਸ਼ਬੇ ਤਾਰੀਖ ਬੀਮੇ ਮੌਜ, ਗਰਦਾ ਬੇਚੁਣੀ ਹਾਰ। ਚੱਲ ਰਿਹਾ ਮੇਰੀ ਜ਼ਿੰਦਗੀ ਚ ਦਿਨ ਨਹੀਂ, ਸ਼ਬ ਰਾਤ ਹੈ, ਅੰਧੇਰ ਹੈ, ਨੇਰਾ ਅੰਧੇਰਾ ਹੀ ਨਹੀਂ, ਉੱਚੀਆਂ ਉੱਚੀਆਂ ਲਹਿਰਾਂ ਨੇ, ਨੇਰੀਆਂ ਲਹਿਰਾਂ ਹੀ ਨਹੀਂ, ਘੁੰਮਣ ਘੇਰੀ ਹੈ ਜਿਹਦੇ ਚ ਮੈਂ ਫਸ ਗਿਆ। ਸ਼ਬੇ ਤਾਰੀਖ ਬੀਮੇ ਮੌਜ, ਗਰਦਾ ਬੇਚੁਣੀ ਆਏ, ਕੁਜਾ ਦਾ ਆਨੰਦ ਹਾਲੇ ਮਾਂ, ਸੁਬਕ ਸਾਰਾ ਨੇ ਸਾਹਿਲ ਹਾ। ਉਹ ਬੰਦੇ ਮੇਰਾ ਹਾਲ ਕੀ ਜਾਣਨ, ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ, ਕਦੀ ਖੁਦਾ ਖੁਦਾ ਜਪਿਆ ਹੀ ਨਹੀਂ, ਕਦੀ ਬੰਦਗੀ ਕੀਤੀ ਨਹੀਂ, ਕਦੀ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ, ਕਦੀ ਸਤਸੰਗ ਕੀਤਾ ਹੀ ਨਹੀਂ, ਕਦੀ ਜਪ ਤਪ ਕੀਤਾ ਹੀ ਨਹੀਂ। ਇਹ ਕਹਿੰਦਾ ਉਹ ਬੰਦੇ ਮੇਰਾ ਹਾਲ ਕੀ ਜਾਣਨ, ਉਹਨਾਂ ਨੂੰ ਕੀ ਪਤਾ। ਮਹਾਨ ਦਾਰਸ਼ਨਿਕ ਹੋ ਗੁਜ਼ਰੇ ਪ੍ਰਿੰਸੀਪਲ ਗੰਗਾ ਸਿੰਘ ਜੀ, ਆਪਦੀ ਗਿਆਤ ਲਈ ਅਰਜ਼ ਕਰਾਂ, ਉਹਨਾਂ ਨੇ ਸੂਫੀ ਕਲਾਮ ਦਾ ਪੰਜਾਬੀ ਅਨੁਵਾਦ ਕੀਤਾ ਸੀ ਔਰ ਨਜ਼ਮ ਦੇ ਚ ਕੀਤਾ ਸੀ। ਨਜ਼ਮ ਦੇ ਚ ਨੰਦ ਲਾਲ ਤੇ ਸੂਫੀ ਕਲਾਮ ਨੂੰ ਪੜ੍ਹਦੇ ਸਨ, ਮੈਨੂੰ ਯਾਦ ਹੈ ਝੂਮ ਉੱਠਦੇ ਸਨ ਕਈ ਦਫ਼ਾ। ਸੰਤ ਨੇਚਲ ਸਿੰਘ ਜੀ ਉਹਨਾਂ ਦਿਨਾਂ 'ਚ ਹੁੰਦੇ ਸਨ, ਸਾਨੂੰ ਦੋਹਾਂ ਨੂੰ ਬੁਲਾ ਲੈਂਦੇ ਸਨ, ਅਤੇ ਮੈਨੂੰ ਵੀ ਖੁਸ਼ੀ ਆਉਂਦੀ ਸੀ ਬਹੁਤ ਉਹਨਾਂ ਨੂੰ ਸੁਣ ਕੇ। ਉਹ ਉਦੋਂ ਬਜ਼ੁਰਗ ਸਨ, ਮੈਂ ਅਜੇ ਬਚਪਨੇ ਨੂੰ ਪਾਰ ਕੀਤਾ ਸੀ, ਮੇਰੇ ਨਾਲ ਪਿਆਰ ਵੀ ਬੜਾ ਕਰਦੇ ਸਨ ਔਰ ਵਿਚਾਰ ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਨਿਕਲਦੇ ਸਨ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ। ਉਹਨਾਂ ਨੇ ਇਸ ਨਜ਼ਮ ਦਾ ਅਨੁਵਾਦ ਕੀਤਾ, ਧਿਆਨ ਨਾਲ ਸੁਣਨਾ ਆਖਰੀ ਪੰਕਤੀਆਂ ਦਾ, ਇਹ ਮੈਨੂੰ ਯਾਦ ਨੇ, ਤੁਹਾਨੂੰ ਸੁਣਾਵਾਂ। ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾਂ ਮਾਰੇ, ਪਰ ਉਹ ਕੀ ਜਾਣਨ ਹਾਲ ਅਸਾਡਾ, ਜੋ ਰਹਿੰਦੇ ਨਦੀ ਕਿਨਾਰੇ। ਸ਼ਬੇ ਤਾਰੀਖ ਬੀਮੇ ਮੌਜ, ਗਰਦਾ ਬੇਚੁਣੀ ਆਇਲ, ਕੁਜਾ ਦਾ ਨਿੰਦੇ ਹਾਲੇ ਮਾਂ, ਸੁਬਕ ਸਾਰਾ ਨੇ ਸਾਹਿਲ ਆ। ਕਿਉਂਕਿ ਅਰਬੀ ਫਾਰਸੀ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਮਹਾਨ ਪੰਡਿਤ ਸਨ, ਬਹੁਤ ਸਿਆਣੇ ਸਨ, ਸੂਝਵਾਨ ਸਨ, ਪੰਜਾਬੀ ਅਨੁਵਾਦ ਕੀਤਾ। ਹੁਣ ਇਸ ਨਜ਼ਮ ਨੂੰ
ਹਾਫਜ਼ ਦੀ ਇਸ ਰਮਜ਼ ਨੂੰ ਨੰਦ ਲਾਲ ਜਿਵੇਂ ਖੋਲਦੇ ਨੇ, ਆਪ ਧਿਆਨ ਨਾਲ ਸੁਣਨਾ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਹਾਫਿਜ਼ ਦੀ ਰੱਖਾਂਗਾ ਅਤੇ ਇੱਕ ਨੰਦ ਲਾਲ ਦੀ। ਜਿਹੜੇ ਕੋਈ ਥੋੜ੍ਹੀ ਜਿਹੀ ਸ਼ਾਇਰੀ ਦੀ ਮਸ ਰੱਖਦੇ ਹੋਣਗੇ, ਕਵਿਤਾ ਨੂੰ ਸਮਝਦੇ ਹੋਣਗੇ, ਇੱਕਦਮ ਸਮਝ ਜਾਣਗੇ ਕਾਫੀਆ ਰਦੀਫ ਸ਼ੈਲੀ ਸ਼ਬਦਾਵਲੀ ਇੱਕੋ ਹੀ ਹੈ।